ਦੇਖੋ ਜੀ, ਇਸ ਵੇਲੇ ਜੋ ਹਾਲਾਤ ਹੈ ਹਿੰਦੁਸਤਾਨ ਦੇ, ਹਰ ਵਰਗ ਦੁਖੀ ਹੈ। ਜਿੰਨੀਆਂ ਮਾਈਨੋਰਿਟੀਜ਼ ਨੇ ਉਹਨੂੰ ਦਬਾਇਆ ਜਾ ਰਿਹਾ, ਔਰ ਪ੍ਰਚਾਰ ਇੰਨਾ ਹੋ ਰਿਹਾ BJP ਵੱਲੋਂ, ਕਿਉਂਕਿ ਇਲੈਕਸ਼ਨ ਨੇੜੇ ਨੇ। ਪਰ ਅੱਜ ਜਿਹੜੀ ਕਿਸਾਨੀ ਨੂੰ ਬਹੁਤ ਵੱਡੀ ਸੱਟ ਮਾਰੀ ਹੈ, ਕਿਉਂਕਿ 80% ਲੋਕ ਕਿਸਾਨੀ 'ਤੇ ਨਿਰਭਰ ਨੇ ਸਾਰੇ ਹਿੰਦੁਸਤਾਨ 'ਚ। ਔਰ ਪਹਿਲਾਂ ਜਦੋਂ ਪਹਿਲਾਂ ਐਜੀਟੇਸ਼ਨ ਹੋਈ ਸੀ, ਉਸ ਵੇਲੇ ਸਾਰੀਆਂ ਮੰਗਾਂ ਮੰਨ ਕੇ ਇਹਨਾਂ ਨੇ ਸਾਰੀ ਗੱਲ ਤੈਅ ਕਰਕੇ ਉਸ ਵੇਲੇ ਕਿਸਾਨਾਂ ਨੇ ਆਪਣਾ ਜਿਹੜਾ ਮਾਰਚ ਸੀ ਉਹ ਵਾਪਸ ਲਿਆ ਸੀ। ਔਰ ਉਸ ਤੋਂ ਬਾਅਦ ਅੱਜ ਤੱਕ ਜਦੋਂ ਕਿਸਾਨਾਂ ਨੇ ਦੁਬਾਰਾ ਗੱਲ ਛੇੜੀ ਵੀ ਇਲੈਕਸ਼ਨ ਆਉਣ ਵਾਲੀ ਹੈ, ਅਤੇ ਵੀ ਅਸੀਂ ਇਹ ਸਾਡੀਆਂ ਜੈਨੂਇਨ ਮੰਗਾਂ ਨੇ MSP ਵਗੈਰਾ, ਸਾਰਾ ਕਰਜ਼ਾ ਮਾਫੀ, ਉਹਦੇ ਬਾਰੇ ਉਹ ਕਹਿੰਦੇ ਜੀ ਚਲੋ ਇਹ ਤਾਂ ਕਮੇਟੀ ਬਣੂਗੀ। ਉੱਥੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ, ਸਾਰਿਆਂ ਨੇ ਪਾਰਟੀਆਂ ਨੇ ਸਮਰਥਨ ਦਿੱਤਾ। ਉਹਨਾਂ ਨੇ ਫਿਰ ਸੈਂਟਰ ਸਰਕਾਰ ਨੂੰ ਟਾਈਮ ਦਿੱਤਾ ਸੀ, ਬੜੀਆਂ ਮੀਟਿੰਗਸ ਹੋਈਆਂ। ਲੇਕਿਨ ਹੁਣ ਅੱਜ 7-8 ਦਿਨ ਹੋ ਗਏ ਉੱਥੇ ਮੋਰਚਾ ਲੱਗੇ ਨੂੰ, ਬਹੁਤ ਬੁਰਾ ਹਾਲ ਹੈ। ਪੰਜਾਬ ਦੀ ਟੈਰੀਟਰੀ 'ਚ ਆ ਕੇ ਸਾਡੇ ਨੌਜਵਾਨ ਬਜ਼ੁਰਗ ਜਿਹੜੇ ਕਿਸਾਨ ਹੈ ਉਹਨਾਂ ਨੂੰ ਮਾਰਿਆ ਜਾ ਰਿਹਾ, ਕਈ ਬੱਚੇ ਲਾਪਤਾ ਨੇ, ਕੋਈ ਪਤਾ ਨਹੀਂ ਲੱਗ ਰਿਹਾ। ਔਰ ਪੰਜਾਬ ਦੀ ਟੈਰੀਟਰੀ 'ਚੋਂ ਚੱਕ ਕੇ ਲਗੇ ਹੈ, ਅਥਰੂ ਗੈਸ ਸਿੱਟੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਅੱਜ ਪ੍ਰੈਸ, ਅਸੀਂ ਸਾਰਾ ਦੇਖ ਰਹੇ ਹਾਂ, ਸਾਰੀ ਦੁਨੀਆ ਵੀ ਪਹਿਲੀ ਵਾਰ ਇੱਕ ਜਮਹੂਰੀਅਤ ਮੁਲਕ ਦੇ ਵਿੱਚ ਐਡਾ ਡੈਮੋਕ੍ਰੇਸੀ ਦਾ ਘਾਣ ਹੋਇਆ। ਸੋ ਸਾਨੂੰ ਅੱਜ ਸਵੇਰੇ ਪਾਰਟੀ ਵੱਲੋਂ ਹਦਾਇਤ ਹੋਈ ਸੀ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਕੈਂਡਲ ਮਾਰਚ ਕਰਨਾ, ਔਰ ਤਕਰੀਬਨ ਸਾਰੇ ਪੰਜਾਬ 'ਚ ਜਿੱਥੇ ਜਿੱਥੇ ਮੈਸੇਜ ਗਿਆ, ਅਸੀਂ ਦੁਪਹਿਰੇ ਜਦੋਂ ਸਾਨੂੰ ਸਾਰੇ ਹੈੱਡਕੁਆਰਟਰਸ ਤੋਂ ਆਏ ਤਾਂ ਅਸੀਂ ਇੱਕਦਮ ਮੈਸੇਜ ਲਾਏ, ਹੁਣ ਅਸੀਂ ਕੈਂਡਲ ਮਾਰਚ ਕਰਨਾ। ਔਰ ਸਾਡਾ ਪ੍ਰੋਟੈਸਟ ਹੈ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ 'ਤੇ ਪਰਚੇ ਦਰਜ ਕਰਨ, ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ, ਔਰ ਜੈਨੂਨ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਮੰਨੀਆਂ ਜਾਣ, ਤਾਂ ਕਿ ਇਹ ਜਿਹੜਾ ਤਸ਼ੱਦਦ ਦਾ ਦੌਰ ਹੈ ਇਹ ਖਤਮ ਕੀਤਾ ਜਾਵੇ।